खान साहब की हाल अपना अच्छा खान साहब तुसी यहां दसना क्या इतना सेफ तुसी किथों लैन दा वा बेटा चमन कोयटा चमन तो लेके आए हैं ठीक हो गया ते ए तुसी किन्ने दा छापर जेड़ा ए भर के दे रहे हैं ए छापर तोल मोल कौन है छापर दे हिसाब है बंडल है सर ठीक हो गया 200 रुपए बंडल है 200 रुपए बंडल है ए किन्ना हुंदा वा एक छापर दे अंदर अंदाजन 2 किलो आसपास हो सकदा 2 किलो दे आसपास हो गया ठीक हो गया ते अपना किनिया गड्डियां आ गईयां हैं इत्थे गोयरा शहर ते अंदाजन हर साल मैं आता है अच्छा 30-40 ਗੱਡੀਆਂ ਦਰਮੇ ਵਿਚੇਂਦੇ ਯਾਨੀ ਕਿ 30-40 ਗੱਡੀਆਂ ਟਾੜੀਆਂ ਆਪਣੀਆਂ ਗੋਜਰੇ ਸ਼ਹਿਰ ਚ ਸੇਬਾਂ ਦੀ ਤੁਸੀਂ ਯਾਨੀ ਕਿ ਸੇਲ ਲਗਾ ਦਿੱਤੀ ਹੋਈ ਹੈ ਹਾਂ ਇਹ ਸੇਲ ਲੱਗਦੀ ਹੈ ਇਹ ਮਿੱਠਾ ਵੀ ਆ ਕਿ ਬਸ ਇਦਾਂ ਹੀ ਹੈ ਮਿੱਠਾ ਹੈ ਮਿੱਠਾ ਹੈਗਾ ਵਾ ਇਹ ਕਿਹੜੀ ਕੁਆਲਿਟੀ ਹੈ ਇਹ ਗਾਚਾ 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 ਵਾ ਇਹ ਗਾਚਾ ਸਰ ਗਾਚਾ ਠੀਕ ਹੋ ਗਿਆ ਤੇ ਗੋਲਡਨ ਸੇਬ ਕਿਹੜਾ ਵਾ ਤੁਹਾਡੇ ਕੋਲ ਗੋਲਡਨ ਤਕਰੀਬਨ 10 ਦਿਨ ਬਾਅਦ ਆਸ ਅੱਛਾ 10 ਦਿਨ ਬਾਅਦ ਆਏਗਾ ਕੱਚਾ ਹੈ ਠੀਕ ਹੋ ਗਿਆ ਤੇ ਤੁਸੀਂ ਭਾਈ ਸੇਬ ਹੀ ਲੈਣ ਆਏ ਆ ਜੀ ਭਾਈ ਮੈਂ ਸੇਬ ਲੈਣ ਆਇਆ ਅੱਛਾ ਤੇ ਕਿਹੜਾ ਛਾਪਰ ਚੁੱਕੋਗੇ ਤੁਸੀਂ ਇਹਨਾਂ ਦੇ ਵਿੱਚੋਂ ਅੱਛਾ ਉਮਰ ਜਵਾਲਾ ਕਰਜ ਵਾਲਾ ਚਾਹੇ ਇਹ ਕਿਤਨੇ ਕਾ ਤਾਕਤ ਵਾਲਾ ਸੇਬ ਹੈ ਜੂਸ ਵਾਲਾ ਸੇਬ ਹੈ ਭਾਈ ਇਹ ਕਿਤਨੇ ਕਾ ਹੈ ਫਰੈਸ਼ ਟੋਰ ਵਾਲਾ ਸੇਬ ਨਹੀਂ ਬਾਗ ਵਾਲਾ ਸੇਬ ਬਾਗ ਵਾਲਾ ਕਿਤਨੇ ਕਾ ਹੈ ਇਹ ਕਿਤਨੇ ਕਾ 200 ਦਾ 200 ਦਾ ਦਾ ਮਹਿੰਗਾ ਅੱਛਾ ਕੋਈ ਨਹੀਂ ਲਾਲਾ ਬਾਜ਼ਾਰ ਵਿੱਚ 200 ਰੁਪਏ ਕਿਲੋ ਹੈ 200 ਰੁਪਏ ਕਿਲੋ ਪੈਕ ਹੈ ਇਹ 2 ਕਿਲੋ ਸੇ ਜ਼ਿਆਦਾ ਹੈ ਹੋਰ ਨਹੀਂ ਨਹੀਂ ਗਾਚਾ ਹੈ ਇਹ ਉਹ ਗਾਚਾ ਨਹੀਂ ਹੈ ਗਾਚਾ ਨਹੀਂ ਹੈ अंदाजन 2 किलो गाचा बिक रहा है बाजार में गाचा नहीं बिकता ये वो गाजा है नहीं वो असली सेब वो बोल्डर पर स्मॉल कर गाचा अच्छा खान साहब अगर कोई बहस करे तो आप ये शापर कितने का देंगे 150 का तो अच्छा भाई इधर ना इरफान भाई ने लिख दिया है रखा भाई MBBS गोलगप्पे और आज हम भाई से बात करते हैं अच्छा इरफान भाई है तुसी कारोबार कदों दा शुरू कीता गोलगप्पियां दा 6-7 साल हो गए भाई कीते अच्छा यानी कि 6-7 साल तुहानू हो गए आ ते तुसी माशाल्लाह एक दिन दे विच किन्ना का कमा लेंदे आ की सोच आई तुसी ये कारोबार शुरू कीता भाई अपना काम है ना किसी दी गल ना बात अपना काम करीदा कोई टेंशन नहीं है जदों मर्जी घर चल जाइए जदों मर्जी आ जाइए अच्छा सारे खर्चे कट गए तकरीबन 3000 रुपया बचत होंगी रक्षा बनाया हुआ वा ए किस तरह तैयार किया कि सोच आई कि असं इदा रेहड़ी बना के अगे मोटरसाइकिल वगैरह लगा लिए कि चक्कर है तकरीबन 8-10 दिन लग गए ठीक हो यानी कि 8-10 दिन के तैयार हो पेंट हो दो दिन पेंट में भी लगे अच्छा एलुमीनियम का शीशा रखवाया हो ठीक हो गया बहुत यानी कि लेट तैयार कराया लेकिन सुथरा तैयार करवाया हर चीज अपनी मर्जी ए हुन ਤੁਹਾਡੀਆਂ ਬ੍ਰਾਂਚਾਂ ਵਗੈਰਾ ਵਾ ਇਹ ਕੀ ਹੈ ਕਿਹੜੀ ਕਿਹੜੀ ਜਗ੍ਹਾ ਤੇ ਇੱਕ ਫੈਸਲਾਬਾਦ ਆ ਫਨ ਦੁਨੀਆ ਦੇ ਸਾਹਮਣੇ ਇੱਕ ਬ੍ਰਾਂਚ ਅੱਛਾ ਯਾਨੀ ਕਿ ਫਨ ਦੁਨੀਆ ਦੇ ਸਾਹਮਣੇ ਫੈਸਲਾਬਾਦ ਇੱਕ ਬ੍ਰਾਂਚ ਤੁਹਾਡੀ ਉੱਥੇ ਆ ਇੱਕ ਇੱਥੇ ਆ ਦੂਸਰੀ ਠੀਕ ਹੋ ਗਿਆ ਤੇ ਹੋਰ ਤੁਸੀਂ ਆਪਣਾ ਇੱਕ ਦਿਨ ਦੇ ਵਿੱਚ ਤੁਹਾਡਾ ਕਿੰਨਾ ਕੁ ਮਟੀਰੀਅਲ ਵਗੈਰਾ ਲੱਗ ਜਾਂਦਾ ਬੋਰੀ ਲੱਗ ਜਾਂਦੀ ਆਲੂਆਂ ਦੀ ਨਹੀਂ ਨਹੀਂ ਬੋਰੀ ਨਹੀਂ ਲੱਗਦੀ ਹੈ 10 ਕਿਲੋ ਆਲੂ ਲੱਗ ਜਾਂਦੇ ਆ ਇੱਕ ਪੇਟੀ ਗੋਲਗੱਪਿਆਂ ਹੀ ਲੱਗ ਜਾਂਦੀ ਹੈ ਮਾਸ਼ਾ ਅੱਲਾ ਹੋ ਗਿਆ ਠੀਕ ਬਾਕੀ ਤੁਹਾਡੇ ਸਾਹਮਣੇ ਤੁਸੀਂ ਖਾ ਕੇ ਚੈੱਕ ਕੀਤੇ ਨਹੀਂ ਨਹੀਂ ਉਹ ਮਾਸ਼ਾਅੱਲਾ ਬਹੁਤ ਜ਼ਿਆਦਾ ਅੱਛਾ ਸਫਾਈ ਦਾ ਖਿਆਲ ਰੱਖੀਦਾ ਵਾ ਅੱਛਾ ਕਿੰਨਾ ਕੁ ਤੁਸੀਂ ਖਿਆਲ ਰੱਖਦੇ ਆ ਸਫਾਈ ਦਾ ਬਹੁਤ ਜ਼ਿਆਦਾ ਰੱਖੀਦਾ ਜੀ ਤੁਹਾਡੇ ਸਾਹਮਣੇ ਹੀ ਆ ਚੈੱਕ ਕਰ ਲਓ ਠੀਕ ਹੋ ਗਿਆ ਜੀ ਐੜੇ ਹੁਣ ਮੇਰੇ ਦੋਸਤ ਵਗੈਰਾ ਦੇਖ ਰਹੇ ਆ ਇਹਨਾਂ ਨੂੰ ਤੁਸੀਂ ਕੀ ਪੇਗਾਮ ਦੇਣਾ ਚਾਹੁੰਦੇ ਆ ਆਪਣੇ ਕਾਰੋਬਾਰ ਦੇ ਹਵਾਲੇ ਦੇ ਨਾਲ ਮੈਂ ਇਹ ਕਹਾਂਗਾ ਭਾਈ ਕਿ ਆਪਣਾ ਕਿਸੇ ਆਪਣਾ ਬਗਾਨੀ ਮਜ਼ਦੂਰੀ ਕਰਨ ਵਾਲਾ ਬਿਹਤਰ ਹੈ ਨੌਕਰੀ ਕਰਨ ਵਾਲਾ ਬਿਹਤਰ ਹੈ ਕਿ ਬੰਦਾ ਆਪਣਾ ਕਰ ਲੇ ਥੋੜਾ ਕਰ ਲੇ ਅੱਛਾ ਠੀਕ ਹੈ ਨਾ ਦੇਖੋ ਹੁਣ ਮੈਂ ਇੱਥੇ ਬੈਠਾ ਹਾਂ ਮੈਨੂੰ ਕੋਈ ਇਹ ਤਾਂ ਨਹੀਂ ਕਹਿ ਰਿਹਾ ਚੱਲ ਵੀ ਉਹ ਕਰ ਆਪਣੀ ਮਰਜ਼ੀ ਨਾਲ ਬੈਠਾ ਹਾਂ ਭਾਵੇਂ ਜਿੱਥੇ ਮਰਜ਼ੀ ਬਾਵਾਂ ਉੱਥੇ ਖਲੋ ਜਾ ਜਿੱਧਰ ਨੂੰ ਵੀ ਕਿਸੇ ਦੀ ਕੋਈ ਕਹਿ ਦਿੰਦੇ ਨੇ ਤਾਂ ਗੱਲ ਨਹੀਂ ਦਿੰਦੇ ਅੱਛਾ ਤੁਸੀਂ ਇਰਫਾਨ ਭਾਈ ਆ ਦੱਸੋ ਕਿ ਤੁਹਾਡੀ ਮਾਸ਼ਾਅੱਲਾ FSC ਤੁਸੀਂ ਕੀਤੀ ਹੋਈ ਆ ਮਤਲਬ ਤੁਹਾਡੀ ਅੱਛੀ ਆ ਤੁਸੀਂ ਡਾਕਟਰੀ ਦਾ ਕੋਰਸ ਵੀ ਕੀਤਾ ਹੋਇਆ ਵਾ ਕਿਹੜੇ ਹਸਪੀਟਲ 'ਚ ਕੀਤਾ ਹੋਇਆ ਵਾ ਡਾਕਟਰ ਯਾਸਰ ਚੀਮਾ ਉਸ ਹਸਪੀਟਲ 'ਚ ਮੈਂ 8 ਸਾਲ ਦਾ ਕੀਤਾ ਹੋਇਆ ਪ੍ਰੈਕਟੀਕਲ ਠੀਕ ਹੋ ਗਿਆ ਡਿਸਪੈਂਸਰ ਦਾ ਅੱਛਾ ਤੇ ਮੈਂ ਸੋਚਿਆ ਕਿ ਥੋੜਾ ਕਰ ਲਓ ਲੇਕਿਨ ਆਪਣਾ ਕਰ ਲਓ ਠੀਕ ਹੋ ਗਿਆ ਇਹਦੇ ਵਿੱਚ ਬਿਹਤਰ ਹੀ ਆ ਕਿਉਂਕਿ ਆਪਣਾ ਗੰਨਨ ਕਾਰੋਬਾਰ ਕਰਨਾ ਚਾਹੀਦਾ ਥੋੜੇ ਤੋਂ ਸਟਾਰਟ ਕੀਤਾ ਇਨਸ਼ਾਅੱਲਾ ਅੱਲਾ ਹੋਰ ਅੱਗੇ ਇਜ਼ਾਫਾ ਕਰੇਗਾ ਠੀਕ ਹੋ ਗਿਆ ਤੇ ਬਾਕੀ ਅੱਲਾ ਦਾ ਸ਼ੁਕਰ ਆ ਲੱਖ ਲੱਖ ਵਾਰੀ ਕਿ ਸੋਹਣਾ ਰਿਜ਼ਕ ਮਿਲ ਜਾਇਆ ਸਹੀ ਤੇ ਮੈਂ ਤੇ ਇਹ ਕਹਾਂਗਾ ਕਿ ਥੋੜਾ ਕਰ ਲਓ ਭਾਈ
अपना कर लो अपने काम दी अपने ठीक हो गया। इसलिए दूर चल के आ रहे हैं बाइक को।